ਸਰਕਾਰੀ ਹਸਪਤਾਲ ਦੇ ਡਾਕਟਰ ਤਨਖਾਹ ਸਰਕਾਰ ਤੋਂ ਲੈ ਕੇ ਪਰ ਕੰਮ ਪ੍ਰਾਈਵੇਟ ਹਸਪਤਾਲ ਦਾ ਕਰਦੇ ਨਜ਼ਰ ਆ ਰਹੇ ਨੇ। ਜੀ ਹਾਂ, ਦੱਸ ਦਈਏ ਕਿ ਇੱਕ ਨਿੱਜੀ ਹਸਪਤਾਲ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ CCTV ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸਰਕਾਰੀ ਹਸਪਤਾਲ ਦੇ ਡਾਕਟਰ ਜੋ ਨੇ ਉਹ ਇਸ ਨਿੱਜੀ ਹਸਪਤਾਲ ਦੇ ਇੱਕ ਓਪਰੇਸ਼ਨ ਥੀਏਟਰ ਦੇ ਵਿੱਚ ਓਪਰੇਟ ਕਰਨ ਦੇ ਲਈ ਪਹੁੰਚੇ ਨੇ, ਜਦਕਿ ਜੋ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ ਨੇ ਉਹ ਖੱਜਲ ਖੁਆਰ ਹੋ ਰਹੇ ਨੇ। ਯਾਨੀ ਕਿ ਡਾਕਟਰਾਂ ਦੇ ਵੱਲੋਂ ਸਿੱਧਾ ਹੀ ਸਰਕਾਰ ਨੂੰ ਤਾਂ ਮੋਟੀ ਕੁੰਡੀ ਲਗਾਈ ਜਾ ਰਹੀ ਹੈ ਤਨਖਾਹ ਦੇ ਮਾਧਿਅਮ ਦੇ ਨਾਲ, ਉੱਥੇ ਹੀ ਉੱਪਰੋਂ ਤੀ ਹੋਰ ਪ੍ਰੋਫਿਟ ਲੈਣ ਦੇ ਲਈ ਡਿਊਟੀ ਟਾਈਮ ਦੇ ਵਿੱਚ ਹੀ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਓਪਰੇਸ਼ਨ ਥੀਏਟਰ ਦੇ ਵਿੱਚ ਓਪਰੇਟ ਕਰਨ ਦੇ ਲਈ ਪਹੁੰਚੇ ਨੇ। ਯਾਨੀ ਕਿ ਡਬਲ ਲਾਭ ਲੈਣ ਦੇ ਲਈ ਉਹ ਇੱਕ ਨਿੱਜੀ ਹਸਪਤਾਲ ਦੇ ਵਿੱਚ ਪਹੁੰਚੇ ਨੇ। ਦਰਅਸਲ ਇਹ ਮਾਮਲਾ ਸਾਹਮਣੇ ਆਇਆ ਹੁਸ਼ਿਆਰਪੁਰ ਦੇ ਮੁਕੇਰੀਆਂ ਤੋਂ, ਜਿੱਥੇ ਕਿ ਇੱਕ ਸਿਵਲ ਹਸਪਤਾਲ ਮੁਕੇਰੀਆਂ ਦੇ ਕੁਝ ਡਾਕਟਰਾਂ ਦੀਆਂ ਡਿਊਟੀਆਂ ਦੌਰਾਨ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਲੋਕਾਂ ਦੇ ਇਲਾਜ ਕਰਨ ਦੀਆਂ CCTV ਵੀਡੀਓ ਵਾਇਰਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਿਕ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ ਦੌਰਾਨ ਕੁਝ ਕੁ ਡਾਕਟਰ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਦੱਸਿਆ ਜਾ ਰਿਹਾ ਕਿ ਇਹ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ, ਜਿਸ ਵਿੱਚ ਕੁਝ ਕੁ ਡਾਕਟਰ ਆਪਣੇ ਲਾਲਚ ਦੀ ਖਾਤਰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਮਰੀਜ਼ਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਜਾਂਦਾ, ਜਿੱਥੇ ਸਰਕਾਰੀ ਹਸਪਤਾਲ ਦੇ ਡਾਕਟਰ ਖੁਦ ਹੀ ਨਿੱਜੀ ਹਸਪਤਾਲ ਵਿੱਚ ਜਾ ਕੇ ਮਰੀਜ਼ਾਂ ਦਾ ਓਪਰੇਸ਼ਨ ਕਰਦੇ ਹਨ। ਜਿਸ ਨੂੰ ਲੈ ਕੇ ਹੁਣ ਇੱਕ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਵੇਰ ਦੇ ਸਮੇਂ ਸਰਕਾਰੀ ਹਸਪਤਾਲ ਦੇ ਡਾਕਟਰ ਨਿੱਜੀ ਹਸਪਤਾਲ ਦੇ ਓਪਰੇਸ਼ਨ ਥੀਏਟਰ ਵਿੱਚ ਜਾਂਦੇ ਨਜ਼ਰ ਆ ਰਹੇ ਨੇ। ਇਸ ਮਾਮਲੇ ਨੂੰ ਲੈ ਕੇ ਜਦੋਂ ਇਹਨਾਂ ਡਾਕਟਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਹਨਾਂ ਵੱਲੋਂ ਵਾਰ ਵਾਰ ਫੋਨ ਕਰਨ 'ਤੇ ਵੀ ਫੋਨ ਨਹੀਂ ਚੁੱਕਿਆ ਗਿਆ, ਜਿਸ ਤੋਂ ਬਾਅਦ ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ, ਜੋ ਕਿ ਇੱਕ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਜ਼ਰ ਆ ਰਿਹਾ ਕਿ ਉਹਨਾਂ ਦੇ ਸਰਕਾਰੀ ਹਸਪਤਾਲ ਦੇ ਕੁਝ ਡਾਕਟਰ ਕਿਸੇ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਜਾ ਕੇ ਓਪਰੇਸ਼ਨ ਕਰ ਰਹੇ ਹਨ, ਜਿਸ ਤੋਂ ਬਾਅਦ ਉਹਨਾਂ ਵੱਲੋਂ ਮੁਕੇਰੀਆ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਗਈ ਹੈ। ਪਤਾ ਲੱਗਿਆ ਕਿ CCTV ਜਿਹੜੀ ਫੁਟੇਜ ਵੀ ਮੇਰੇ ਨਾਲ ਸ਼ੇਅਰ ਕੀਤੀ ਹੈ ਕਿ ਉਹਦੇ ਵਿੱਚ ਕੋਈ ਡਾਕਟਰ ਸਾਡੇ ਜਿਹੜੇ ਉੱਥੇ ਦੇ ਡਾਕਟਰ ਨੇ ਉਹ ਕਿਤੇ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਕਹਿ ਰਹੇ ਮਤਲਬ ਕਿ ਜਾ ਕੇ ਓਪਰੇਟ ਕਰਦੇ ਨੇ, ਉਹਦੇ ਸੰਬੰਧ ਵਿੱਚ ਅਸੀਂ SMO ਫਿਲਹਾਲ ਜਿਹੜੀ ਹੈ ਉਹ ਫੁਟੇਜ SMO ਜਿਹੜੇ ਸਾਡੇ ਉੱਥੇ ਡਾਕਟਰ ਰਮਨ ਨੇ ਮੁਕੇਰੀਆਂ ਦੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਨੂੰ ਕਿਹਾ ਕਿ ਇਹਦੀ ਇਨਕੁਆਇਰੀ ਕਰਕੇ ਅਤੇ ਸਾਨੂੰ ਜਿਹੜੀ ਆਪਣੀ ਕਮੈਂਟਸ ਦੇ ਨਾਲ ਰਿਪੋਰਟ ਭੇਜਣਗੇ ਅਤੇ ਜੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਤਾਂ ਅਸੀਂ ਬਣਦੀ ਕਾਰਵਾਈ ਉਹਦੇ 'ਤੇ ਡਾਕਟਰਸ ਦੇ ਅਗੇਂਸਟ ਕਰਾਂਗੇ ਜੇ ਉਹ ਐਵੀਡੈਂਸ ਹੁੰਦੇ ਨੇ। ਅਤੇ ਮੋਰਓਵਰ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਵਿੱਚ ਅਸੀਂ ਲੋਕਾਂ ਨੂੰ ਸਹੀ ਚੰਗੀ ਸਿਹਤ ਸਹੂਲਤ ਵਿਦਆਊਟ ਐਨੀ ਆਊਟ ਆਫ ਪੋਕਿਟ ਐਕਸਪੈਂਸਿਸ ਜਿਹੜੀ ਜ਼ੀਰੋ ਪੋਕਿਟ ਆਊਟ ਆਫ ਪੋਕਿਟ ਐਕਸਪੈਂਸਿਸ ਜਿਹੜੇ ਅਸੀਂ ਕਰ ਰਹੇ ਹਾਂ, ਯਾਨੀ ਲੋਕਾਂ ਦਾ ਹੋਸਪਿਟਲ ਜੇ ਸਰਕਾਰੀ ਚਾਹਣਗੇ ਉਹਦਾ ਕੋਈ ਪੈਸਾ ਨਹੀਂ ਲੱਗੇਗਾ, ਫਰੀ ਟ੍ਰੀਟਮੈਂਟ ਹੋਣਾ, ਉਹਦੇ ਲਈ ਜਿਸ ਤਰ੍ਹਾਂ ਪੰਜਾਬ ਸਰਕਾਰ ਬਚਨਵੰਦ ਹੈ ਹੈਲਥ ਐਜ਼ ਹੈਲਥ ਡਿਪਾਰਟਮੈਂਟ ਦਾ ਹੈੱਡ, ਮੈਂ ਵੀ ਇਹੀ ਕਹਿੰਦਾ ਕਿ ਲੋਕਾਂ ਨੂੰ ਅਸੀਂ ਸਹੀ ਚੰਗੀਆਂ ਮਿਆਰੀ ਸਿਹਤ ਸਹੂਲਤਾਂ ਦੇਵਾਂਗੇ ਅਤੇ ਉਹਦੇ ਵਿੱਚ ਜਿਹੜਾ ਵੀ ਕੋਈ ਡਿਫਾਲਟਰ ਹੋਏਗਾ ਉਹਨੂੰ ਬਣਦੀ ਜਿਹੜੀ ਉਹਦੇ 'ਤੇ ਕਾਰਵਾਈ ਕੀਤੀ ਜਾਏਗੀ ਅਤੇ ਪੇਸ਼ੈਂਟਸ ਨੂੰ ਕੋਈ ਵੀ ਉਹਨਾਂ ਦੇ ਇਲਾਜ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਜਿਹੜੇ ਦੇਖੋ ਜਿਸ ਤਰ੍ਹਾਂ ਕਿ ਸਾਨੂੰ NPA ਵਗੈਰਾ ਮਿਲਦਾ ਨੋਨ ਪ੍ਰੈਕਟਿਸਿੰਗ ਅਲਾਉਂਸ, ਜੇ ਜਿਹੜੀ ਸਰਜਰੀ ਜੇ ਉਸ ਜੇ ਆਪਾਂ ਸਰਜਰੀ ਜਾਂ ਪੇਸ਼ੈਂਟ ਦਾ ਇਲਾਜ ਕਰਦੇ ਹਾਂ ਉਹਦੇ ਲਈ ਜੇ ਗੌਰਮੈਂਟ ਤੋਂ ਸੈਲਰੀ ਮਿਲਦੀ ਹੈ ਤਾਂ ਆਪਾਂ ਨੂੰ ਉਸੇ ਹਿਸਾਬ ਨਾਲ ਫਰੀ ਜਿਹੜਾ ਉਹਦੀ ਸੇਵਾ ਕਰਨੀ ਚਾਹੀਦੀ ਹੈ।
ਜਿਹੜੇ ਬੰਦੇ ਇਸ ਤਰ੍ਹਾਂ ਜਿਹੜੇ ਕੁਛ ਡਾਕਟਰਸ ਹੁੰਦੇ, ਸਾਰੇ ਤਾਂ ਮੈਂ ਨਹੀਂ ਕਹਿ ਸਕਦਾ, ਕੁਛ ਜਿਹੜੇ ਬਲੈਕ ਸ਼ੀਪਸ ਹੁੰਦੀਆਂ ਨੇ ਜਿਹੜੇ ਇੱਦਾਂ ਕਰਨਗੇ, ਉਹ ਕਿਸੇ ਵੀ ਹੱਦ 'ਤੇ ਟੋਲਰੇਟ ਨਹੀਂ ਕੀਤੇ ਜਾਣਗੇ ਅਤੇ ਉਹਨਾਂ 'ਤੇ ਜੋ ਬਣਦੀ ਜਿਹੜੀ ਕਾਰਵਾਈ ਡਿਪਾਰਟਮੈਂਟਲ ਹੋਏਗੀ। ਦਵਾਈਆਂ ਦੇ ਵਿੱਚ SMOs ਨੂੰ ਸਾਰਿਆਂ ਨੂੰ ਕਲੀਅਰ ਕਰ ਇੰਸਟਰਕਸ਼ਨਸ ਨੇ ਕਿ ਦਵਾਈਆਂ ਜਿਹੜੀਆਂ ਨੇ ਉਹ ਸਾਰੀਆਂ ਹੋਸਪਿਟਲ 'ਚ ਅਵੇਲੇਬਲ ਨੇ, ਜਿਹੜੀਆਂ ਕੋਈ ਪੇਸ਼ੈਂਟ ਨੂੰ ਜ਼ਰੂਰੀ ਹੈਗੀਆਂ, ਜਿਹੜੀਆਂ ਆਪਣੇ ਕੋਲ ਨਹੀਂ ਹੁੰਦੀਆਂ ਨੋਨ ਅਸੈਂਸ਼ਲ ਜਿਹੜੀਆਂ ਆਉਂਦੀਆਂ EDL ਡਰੱਗਸ, ਉਹਦੇ ਲਈ SMO ਦੀ ਜ਼ਿੰਮੇਵਾਰੀ ਹੈ ਕਿ ਜੇ ਉਹ ਆਪਣੇ ਕੋਲ ਸੋਲਟ ਨਹੀਂ ਹੈ ਤਾਂ ਉਹ ਦਵਾਈ ਬਾਜ਼ਾਰੋਂ ਖਰੀਦ ਕੇ ਪੇਸ਼ੈਂਟ ਨੂੰ ਫਰੀ ਆਫ ਕੋਸਟ ਦੇਵੇਗਾ। ਇਹ ਇੰਸਟਰਕਸ਼ਨਾਂ ਪਹਿਲਾਂ ਹੀ ਪਾਸ ਕੀਤੀਆਂ ਜਾ ਚੁੱਕੀਆਂ ਪੰਜਾਬ ਸਰਕਾਰ ਵੱਲੋਂ, ਸਾਡੇ ਡਿਪਾਰਟਮੈਂਟ ਵੱਲੋਂ, ਅਤੇ ਜੇ ਫਿਰ ਵੀ ਕੋਈ ਇਸ ਤਰ੍ਹਾਂ ਕਰਦਾ, ਜੇ ਸਾਡੇ ਕੋਲ ਪਰੂਫ ਆਉਂਦਾ ਤਾਂ ਇਟ ਵਿਲ ਨੋਟ ਬੀ ਟੋਲਰੇਟਡ। ਇਹਦੇ ਵਿੱਚ ਅਸੀਂ ਜਿਸ SMO ਨੂੰ ਕਿਹਾ ਵੀ ਇਨਕੁਆਇਰ ਕਰਕੇ ਸਾਨੂੰ ਰਿਪੋਰਟ ਭੇਜਣਗੇ, ਉਸ ਰਿਪੋਰਟ ਨੂੰ ਅਸੀਂ ਦੇਖਦੇ ਹੋਏ ਅਸੀਂ ਆਪਣੇ ਹਰ ਅਥਾਰਟੀਜ਼ ਨੂੰ ਚੰਡੀਗੜ੍ਹ ਭੇਜਾਂਗੇ, ਉਹਦੇ ਉੱਤੇ ਬਣਦੀ ਜਿਹੜੀ ਵੀ ਕਾਰਵਾਈ ਹੋਏਗੀ ਉਹ ਕਰਾਂਗੇ।